ਚ ਖੜਕਾ ਦੜਕਾ ਗੋਸ਼ਾਂ ਬਟਾਲੇ ਵਾਲੀ, ਦੂਜੇ ਪਾਸੇ ਚੰਨੋ ਵੈਰੇਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਦੇ ਚਰਚੇ ਹੋਏ ਆ। ਆਹ ਸਾਹਮਣੇ ਇੱਕ ਪਾਸੇ ਚੰਨੋ, ਹਾਏ ਉਹ ਮੇਰਿਆ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ, ਉਹ ਕਮਾਲ ਕਰ ਦਿੱਤੀ ਕੁੜੀ ਨੇ। ਵੀਰਦਾ ਤੇ ਹੀਰੇ ਭਲਵਾਨ ਦਾ ਦੇਵੀ ਦਾਸਪੁਰ ਅਤੇ ਸੋਨੂ ਸ਼ਿਕਾਰ ਮਾਸ਼ੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਦਿਲੋਂ ਧੰਨਵਾਦ ਆ ਇਹਨਾਂ ਸਾਰੇ ਵੀਰਾਂ ਦਾ, ਕਿਉਂਕਿ ਕਬੱਡੀ ਆਏ ਆਓ ਕਬੱਡੀ ਦੀ ਰੌਣਕ ਅੱਜ ਕਹਿੰਦੇ ਦੇਵੀ ਦਾਸਪੁਰ ਦੇ ਵਿੱਚ ਲੱਗੀ ਹੈ। ਇੱਧਰ ਸਾਹਮਣੇ ਇੱਕ ਪਾਸੇ ਚੰਨੋ ਵੈਰੋਗ ਵਾਲੀ, ਦੂਜੇ ਪਾਸੇ ਗੋਸ਼ਾ, ਆਓ ਭੂਆ ਭਤੀਜੀ ਕਿਉਂ ਲੜੀਆਂ, ਆਲੂ ਵੜੀਆਂ ਕਿਉਂ ਤਰੀਆਂ, ਭੂਆ ਭਤੀਜੀ ਕਿਉਂ ਲੜੀਆਂ, ਭੂਆ ਭਤੀਜੀ ਕਿਉਂ ਲੜੀਆਂ। ਲੋ ਸਾਹਮਣੇ ਚੰਨੂ ਆ ਵੈਰੋਕੇ ਵਾਲੀ ਥੋੜ੍ਹੀ ਸੱਟ ਮਹਿਸੂਸ ਕਰਦੀ ਹੈ, ਪਰਮਾਤਮਾ ਮਿਹਰ ਕਰੇ ਕਿਸੇ ਵੀ ਖਿਡਾਰਨ ਦੇ, ਲੈ ਵੀ ਸ਼ਿਵ ਕਿਸੇ ਵੀ ਖਿਡਾਰਨ ਦੇ ਕੋਈ ਵੀ ਸੱਟ ਫੇਟ ਨਾ ਲੱਗੇ। ਸਾਡਾ ਵੀਰ ਕਹਿੰਦੇ ਸਰਬਜੀਤ ਪ੍ਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਅਤੇ ਨਾਲ ਉਹਨਾਂ ਦੇ ਸਾਹ ਪਨਗੋਟਾ ਜੀ, ਹਰਪਾਲ ਸਕੀਰਾ, ਜੋਬਨ ਝੰਝੋਟੀ, ਜਗਰੂਪ ਮੰਡ, ਮਨਬੀਰ ਵਲਟੋਹਾ, ਮਲਕੀਤ ਵਾਹਲਾ, ਬਹਿਰੀਨ ਵਾਲੇ ਭਰਾ ਜਿਹੜੇ ਲਾਈਵ ਤੱਕ ਰਹੇ ਨੇ, ਧੰਨਵਾਦ ਕਰਾਂਗੇ। ਲਓ ਡੇਜੀ ਦੀ ਕਬੱਡੀ, ਆਓ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰ ਦੂਸਰੇ ਪਾਸੇ। ਸਾਰੇ ਵੀਰਾਂ ਦਾ ਧੰਨਵਾਦ ਹੈ, ਚੰਨੋ ਵੇਰੋਕੇ ਵਾਲੀ ਚੰਨੋ ਬਹੁਤ ਹੀ ਸਤਿਕਾਰ ਦੇ ਯੋਗ ਵੱਡਾ ਭਰਾ ਵੀਰ ਦਾ ਧੰਨਵਾਦ ਹੈ। ਡੀਐਸਪੀ ਲਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ, ਕਿਹੜੀਆਂ ਮਾਣ ਮੱਤੀਆਂ ਸ਼ਖਸੀਅਤਾਂ ਪੁੱਜੀਆਂ ਉਹਨਾਂ ਦਾ ਦਿਲੋਂ ਧੰਨਵਾਦ ਹੈ। ਸਾਬਾ ਪੱਟੀ ਔਰ ਡੈਨੀਅਲ ਸਿੱਧੂ ਜੀ, ਸਾਰੇ ਵੀਰਾਂ ਦਾ ਧੰਨਵਾਦ ਹੈ। ਆਓ ਕਹਿੰਦੇ ਮੈਚ ਦੇ ਵਿੱਚ ਖੜਕਾ ਦੜਕਾ ਗੋਸ਼ਾਂ ਬਟਾਲੇ ਵਾਲੀ, ਦੂਜੇ ਪਾਸੇ ਚੰਨੋ ਵੈਰੇਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਦੇ ਚਰਚੇ ਹੋਏ ਆ। ਆਓ ਸਾਹਮਣੇ ਇੱਕ ਪਾਸੇ ਚੰਨੋ, ਹਾਏ ਉਹ ਮੇਰਿਆ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ, ਉਹ ਕਮਾਲ ਕਰ ਦਿੱਤੀ ਕੁੜੀ ਨੇ, ਐ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਮੇਰੇ ਵੀਰੋ। ਖੇਡ ਦੇ ਮੈਦਾਨ ਵਿੱਚ ਹੈ, ਧੀਆਂ ਪਾਇਲਟ ਵੀ ਨੇ, ਧੀਆਂ ਜੱਜ ਵੀ ਨੇ, ਧੀਆਂ ਰਾਜਨੀਤੀ ਦੇ ਖੇਤਰ ਦੇ ਵਿੱਚ ਵੱਡੇ ਮੁਕਾਮ ਹਾਸਲ ਕਰ ਗਿਆ ਏ। ਆਹ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹੈ। ਇੱਧਰ ਸਾਹਮਣੇ ਕਬੱਡੀ ਗੋਸ਼ਾਂ ਨੇ ਪਾਈ ਆ, ਚਾਰ ਚਾਰਾਂ ਚੋਂ ਤਿੰਨ ਤਿੰਨਾਂ ਚੋਂ ਕੌਣ ਅੱਫਾ ਲਵੇਗੀ ਚੰਨੋ ਦਾ, 3000 ਦਾ ਪਹਿਲਾ, 3000 ਦਾ ਪਹਿਲਾ। ਰੰਧਾਵਾ ਟਰਾਂਸਪੋਰਟੀਆ ਭਰਾ ਕਹਿੰਦਾ ਕਿ 3000 ਦੇ ਤਿੰਨ, ਆਹ ਪਹਿਲਾ ਮੇਰੇ ਪੰਜਾਬੀ ਵੀਰੋ ਸਫਲ ਹੋ ਗਿਆ ਬਿੰਦਰ ਰੰਧਾਵਾ ਸਾਡਾ। ਆਹ ਭਰਾ ਕਹਿੰਦਾ ਟਰਾਂਸਪੋਰਟੀਆ ਕੇਕ ਪੇਕ ਪਹਿਲਾ ਸਫਲ ਹੋ ਗਿਆ ਹੈ। ਇੱਧਰ ਕਬੱਡੀ ਪੈ ਗਈ ਹੈ, ਕਬੱਡੀ ਦੇਖਾਂਗੇ ਕੌਣ ਡੱਕਣ ਦੀ ਕੋਸ਼ਿਸ਼ ਕਰੇਗੀ। ਇੱਕ ਪਾਸੇ ਚੰਨੋ ਦਾ 3000 ਲੱਗਿਆ ਹੈ, ਬਿੰਦਰ ਰੰਧਾਵਾ ਟਰਾਂਸਪੋਰਟੀਆ ਭਰਾ ਮਾਣ ਕਰਦਾ ਹੈ, ਦੇਖਾਂਗੇ ਇੱਕ ਸਫਲ ਹੋਇਆ ਹੈ ਹੁਣ ਕੀ ਬਣਦਾ ਹੈ ਇਹ ਸਮਾਂ ਦੱਸੇਗਾ। ਸਮੇਂ ਦੀ ਗੋਦ 'ਚ ਬੜੇ ਸਵਾਲਾਂ ਦੇ ਜਵਾਬ ਹੈ ਮਿੱਤਰਾ, ਆਹ ਕੀ ਬਣ ਗਿਆ। ਇਹ ਕਹਿੰਦੇ 2000 ਭਜਿਆ ਹੈ, ਫਿਰ ਨਿਕਲੂਗੀ ਅੱਗ ਕਿਉਂਕਿ ਮੌਸਮ ਸਿਆਲ ਦਾ, ਆਹ ਮੇਲਾ ਵੀ ਕਮਾਲ ਦਾ, ਦੇਵੀ ਦਾਸਪੁਰ ਦਾ ਮੇਲਾ ਹੈ ਮੇਰੇ ਪੰਜਾਬੀ ਵੀਰੋ। ਇੱਧਰ ਕਬੱਡੀ ਪੈ ਗਈ ਹੈ ਤੇ ਚੰਨੋ ਇੱਕ ਹੀ ਅੱਫਾ ਲੱਗਿਆ ਹਾਲੇ। ਲਓ ਸਾਹਮਣੇ ਗੋਸ਼ਾ, ਜੇ ਗੋਸ਼ਾ ਨੰਬਰ ਲੈ ਕੇ ਥਾਪੀ ਮਾਰੇ ਤੇ ਦੇਵੀ ਦਾਸਪੁਰੇ ਵਾਲੇ ਹੀਰੇ ਭਰਾ ਵੱਲੋਂ ਉਹਨੇ 1000 ਦਿੱਤੇ ਜਾਣਗੇ। ਜੇ ਚੰਨੋ ਵੀ ਜੱਫਾ ਲਾ ਕੇ ਥਾਪੀ ਮਾਰੇਗੀ 1000, ਲੈ ਵੀ ਹੀਰਿਆ ਕੱਢ 1000, ਲੈ ਵੀ ਹੀਰੇ ਭਰਾ ਨੇ ਉਸੇ ਵੇਲੇ 1000 ਪੁੱਜਦਾ ਕਰ ਦਿੱਤਾ ਹੈ ਗੋਸ਼ਾ ਦੇ ਵਾਸਤੇ। ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸਾਹਮਣੇ, SHO ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਜੀਆਂ ਦਾ ਮਾਣ ਤੇ ਸਤਿਕਾਰ ਕੀਤਾ ਜਾ ਰਿਹਾ ਹੈ, ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ DSP ਸਾਹਿਬ।
ਇਹ ਮਾਣ ਤੇ ਸਤਿਕਾਰ ਹੈ ਮਾਣਮਤੀ ਸ਼ਖਸੀਅਤ ਦਾ। ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜੇ ਆਏ ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ SHO ਸਰਬਜੀਤ ਸਿੰਘ ਜੀ, SHO ਸਰਬਜੀਤ ਸਿੰਘ ਜੀ, ਬਹੁਤ ਹੀ ਮਾਣਮਤੀਆਂ ਸ਼ਖਸੀਅਤਾਂ। ਜਿਵੇਂ ਲੋਕ ਬੋਲੀਆਂ 'ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਹਿਲਵਾਨ ਜੀ ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਸਾਡੇ ਹਨੀ ਮਹਾਜਨ ਸਾਹਿਬ ਜੀ ਦੇ ਵਿੱਚ ਪ੍ਰਸਿੱਧ ਕਰ ਦਿੱਤਾ ਹੈ ਇਹ ਮਾਝੇ ਦੇ ਵੱਡੇ ਮਲ ਹੀਰੇ ਦੇਵੀ ਦਾਸਪੁਰ ਵਾਲੇ ਨੇ, ਪ੍ਰਮਾਤਮਾ ਦੀ ਕਿਰਪਾ ਹੈ। ਆਉਣ ਵਾਲੇ ਸਮੇਂ 'ਚ ਗੱਲਾਂ ਹੋਰ ਵੀ ਵੱਡੀਆਂ ਹੋਣਗੀਆਂ। ਪਾਸੇ DSP ਸਾਹਿਬ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ, ਮੇਰੀ ਬੇਨਤੀ ਹੈ ਫਾਈਨਲ ਦੀਆਂ ਟੀਮਾਂ ਨੂੰ, ਸਾਬਾ ਪੱਟੀ ਧਾਰੀਵਾਲ ਤੋਂ ਸਾਡਾ ਭਰਾ ਪੁੱਜਿਆ, ਫਾਈਨਲ ਦੀਆਂ ਟੀਮਾਂ ਜਿਹੜੀਆਂ ਉਹ ਖੇਡ ਮੈਦਾਨ ਵਿੱਚ ਆ ਜਾਣਗੀਆਂ, ਬੇਨਤੀ ਕਰਦੇ ਹੈ ਫਾਈਨਲ ਦੀਆਂ ਟੀਮਾਂ ਨੂੰ। ਉਧਰਲੇ ਪਾਸੇ ਸਾਡੇ ਬੜੇ ਪਿਆਰੇ ਵੀਰ ਨੇ ਸਾਡੇ ਰੋਕੀ ਭਾਅ ਜੀ, ਉਹਨਾਂ ਵੱਲੋਂ ਇਹਨਾਂ ਬੋਲਾਂ ਵਾਸਤੇ ਬਹੁਤ ਵੱਡੇ ਮਾਣ ਆਏ ਹੈ। ਔਰ ਵੀਰ ਕਹਿੰਦੇ ਧੰਨਵਾਦ ਕਰ ਦਿਓ, ਸਾਡਾ ਵੀਰ ਕਹਿੰਦੇ ਸਰਬਜੀਤ ਪ੍ਰਾਚਾ ਬਹਿਰੀਨ ਦੀ ਧਰਤੀ ਤੋਂ ਲਾਈਵ ਤੱਕ ਰਿਹਾ ਤੇ ਨਾਲ ਉਹਨਾਂ ਦੇ ਸਾਹ ਪਨਗੋਟਾ ਜੀ, ਹਰਪਾਲ ਸਕੀਰਾ, ਜੋਬਨ ਝੰਝੋਟੀ, ਜਗਰੂਪ ਮੰਡ, ਮਨਬੀਰ ਵਲਟੋਹਾ, ਮਲਕੀਤ ਵਾਹਲਾ, ਬਹਿਰੀਨ ਵਾਲੇ ਭਰਾ ਜਿਹੜੇ ਲਾਈਵ ਤੱਕ ਰਹੇ ਨੇ, ਧੰਨਵਾਦ ਕਰਾਂਗੇ। ਲਓ ਡੇਜੀ ਦੀ ਕਬੱਡੀ ਆਓ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਮੇਰੇ ਮਿੱਤਰ। ਦੂਸਰੇ ਪਾਸੇ ਸਾਰੇ ਵੀਰਾਂ ਦਾ ਧੰਨਵਾਦ ਹੈ, ਚੰਨੋ ਵੇਰੋਕੇ ਵਾਲੀ ਚੰਨੋ, ਬਹੁਤ ਹੀ ਸਤਿਕਾਰ ਦੇ ਯੋਗ ਵੱਡਾ ਭਰਾ ਵੀਰ ਦਾ ਧੰਨਵਾਦ ਹੈ। DSP ਲਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ, ਕਿਹੜੀਆਂ ਮਾਣ ਮੱਤੀਆਂ ਸ਼ਖਸੀਅਤਾਂ ਪੁੱਜੀਆਂ ਉਹਨਾਂ ਦਾ ਦਿਲੋਂ ਧੰਨਵਾਦ ਹੈ। ਸਾਬਾ ਪੱਟੀ ਔਰ ਡੈਨੀਅਲ ਸਿੱਧੂ ਜੀ ਸਾਰੇ ਵੀਰਾਂ ਦਾ ਧੰਨਵਾਦ ਹੈ। ਆਓ ਕਹਿੰਦੇ ਮੈਚ ਦੇ ਵਿੱਚ ਖੜਕਾ ਤੜਕਾ ਗੋਸ਼ਾਂ ਬਟਾਲੇ ਵਾਲੀ, ਦੂਜੇ ਪਾਸੇ ਚੰਨੋ ਵੈਰੇਕੇ ਦੀ ਧਰਤੀ ਦੀ ਜਿੱਥੋਂ ਦੇ ਰੂਪੇ ਦੇ ਚਰਚੇ ਹੋਏ ਹੈ। ਆਓ ਸਾਹਮਣੇ ਇੱਕ ਪਾਸੇ ਚੰਨੋ, ਹਾਏ ਉਹ ਮੇਰਿਆ ਰੱਬਾ ਕੌਣ ਫੜ ਕੇ ਲੈ ਗਿਆ ਕੰਨੋ, ਉਹ ਕਮਾਲ ਕਰ ਦਿੱਤੀ ਕੁੜੀ ਨੇ, ਐ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਹੈ। ਧੀਆਂ ਪਾਇਲਟ ਵੀ ਨੇ, ਧੀਆਂ ਜੱਜ ਵੀ ਨੇ, ਧੀਆਂ ਰਾਜਨੀਤੀ ਦੇ ਖੇਤਰ ਦੇ ਵਿੱਚ ਵੱਡੇ ਮੁਕਾਮ ਹਾਸਲ ਕਰ ਗਿਆ ਹੈ। ਆਹ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹੈ। ਇੱਧਰ ਸਾਹਮਣੇ ਕਬੱਡੀ ਗੋਸ਼ਾਂ ਨੇ ਪਾਈ ਹੈ, ਚਾਰ ਚਾਰਾਂ ਚੋਂ ਤਿੰਨ ਤਿੰਨਾਂ ਚੋਂ ਕੌਣ ਅੱਫਾ ਲਵੇਗੀ ਚੰਨੋ ਦਾ, 3000 ਦਾ ਪਹਿਲਾ, 3000 ਦਾ ਪਹਿਲਾ, ਰੰਧਾਵਾ ਟਰਾਂਸਪੋਰਟੀਆ ਭਰਾ ਕਹਿੰਦਾ ਕਿ 3000 ਦੇ ਤਿੰਨ, ਆਹ ਪਹਿਲਾ ਮੇਰੇ ਪੰਜਾਬੀ ਵੀਰੋ ਸਫਲ ਹੋ ਗਿਆ ਬਿੰਦਰ ਰੰਧਾਵਾ ਸਾਡਾ, ਆਹ ਭਰਾ ਕਹਿੰਦਾ ਟਰਾਂਸਪੋਰਟੀਆ ਕੇਕ ਪੇਕ ਪਹਿਲਾ ਸਫਲ ਹੋ ਗਿਆ ਹੈ। ਇੱਧਰ ਕਬੱਡੀ ਪੈ ਗਈ ਹੈ, ਸਾਹਮਣੇ ਦੇਖਾਂਗੇ ਕੌਣ ਡੱਕਣ ਦੀ ਕੋਸ਼ਿਸ਼ ਕਰੇਗੀ। ਇੱਕ ਪਾਸੇ ਚੰਨੋ ਦਾ 3000 ਲੱਗਿਆ ਹੈ, ਬਿੰਦਰ ਰੰਧਾਵਾ ਟਰਾਂਸਪੋਰਟੀਆ ਭਰਾ ਮਾਣ ਕਰਦਾ ਹੈ, ਦੇਖਾਂਗੇ ਇੱਕ ਸਫਲ ਹੋਇਆ ਹੈ ਹੁਣ ਕੀ ਬਣਦਾ ਹੈ ਇਹ ਸਮਾਂ ਦੱਸੇਗਾ। ਸਮੇਂ ਦੀ ਗੋਦ 'ਚ ਬੜੇ ਸਵਾਲਾਂ ਦੇ ਜਵਾਬ ਹੈ ਮਿੱਤਰਾ, ਆਹ ਕੀ ਬਣ ਗਿਆ, ਇਹ ਕਹਿੰਦੇ 2000 ਭਜਿਆ ਹੈ, ਫਿਰ ਨਿਕਲੂਗੀ ਅੱਗ ਕਿਉਂਕਿ ਮੌਸਮ ਸਿਆਲ ਦਾ, ਆਹ ਮੇਲਾ ਵੀ ਕਮਾਲ ਦਾ, ਦੇਵੀ ਦਾਸਪੁਰ ਦਾ ਮੇਲਾ ਹੈ ਮੇਰੇ ਪੰਜਾਬੀ ਵੀਰੋ। ਇੱਧਰ ਕਬੱਡੀ ਪੈ ਗਈ ਹੈ ਤੇ ਚੰਨੋ ਇੱਕ ਹੀ ਅੱਫਾ ਲੱਗਿਆ ਹਾਲੇ, ਲਓ ਸਾਹਮਣੇ ਗੋਸ਼ਾ, ਜੇ ਗੋਸ਼ਾ ਨੰਬਰ ਲੈ ਕੇ ਥਾਪੀ ਮਾਰੇ ਤੇ ਦੇਵੀ ਦਾਸਪੁਰੇ ਵਾਲੇ ਹੀਰੇ ਭਰਾ ਵੱਲੋਂ ਉਹਨੇ 1000 ਦਿੱਤੇ ਜਾਣਗੇ, ਜੇ ਚੰਨੋ ਵੀ ਜੱਫਾ ਲਾ ਕੇ ਥਾਪੀ ਮਾਰੇਗੀ 1000 ਲੈ ਵੀ ਹੀਰਿਆ ਕੱਢ, 1000 ਲੈ ਵੀ ਹੀਰੇ ਭਰਾ ਨੇ ਉਸੇ ਵੇਲੇ 1000 ਪੁੱਜਦਾ ਕਰ ਦਿੱਤਾ ਹੈ ਗੋਸ਼ਾ ਦੇ ਵਾਸਤੇ। ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਸਾਹਮਣੇ, SHO ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ ਜੀਆਂ ਦਾ ਮਾਣ ਤੇ ਸਤਿਕਾਰ ਕੀਤਾ ਜਾ ਰਿਹਾ ਹੈ, ਸਾਡੇ ਬਹੁਤ ਹੀ ਸਤਿਕਾਰ ਦੇ ਯੋਗ।
ਲਖਵਿੰਦਰ ਸਿੰਘ ਜੀ ਰੰਧਾਵਾ ਸਾਹਿਬ DSP ਸਾਹਿਬ, ਇਹ ਮਾਣ ਤੇ ਸਤਿਕਾਰ ਹੈ ਮਾਣਮਤੀ ਸ਼ਖਸੀਅਤ ਦਾ, ਅੱਜ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜੇ ਆਏ। ਆਪਣੀ ਤਰਫੋਂ ਆਪਾਂ ਦਿਲੋਂ ਧੰਨਵਾਦ ਕਰਾਂਗੇ SHO ਸਰਬਜੀਤ ਸਿੰਘ ਜੀ, SHO ਸਰਬਜੀਤ ਸਿੰਘ ਜੀ, ਬਹੁਤ ਹੀ ਮਾਣਮਤੀਆਂ ਸ਼ਖਸੀਅਤਾਂ। ਜਿਵੇਂ ਲੋਕ ਬੋਲੀਆਂ 'ਚ ਜ਼ਿਕਰ ਆਉਂਦਾ ਹੁੰਦਾ ਹੀਰੇ ਪਹਿਲਵਾਨ ਜੀ, ਕਿ ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਸਾਡੇ ਹਨੀ ਮਹਾਜਨ ਸਾਹਿਬ ਜੀ ਆਸੇ DSP ਸਾਹਿਬ, ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਮੇਰੀ ਬੇਨਤੀ ਹੈ ਫਾਈਨਲ ਦੀਆਂ ਟੀਮਾਂ ਨੂੰ, ਸਾਬਾ ਪੱਟੀ ਧਾਰੀਵਾਲ ਤੋਂ ਸਾਡਾ ਭਰਾ ਪੁੱਜਿਆ, ਫਾਈਨਲ ਦੀਆਂ ਟੀਮਾਂ ਜਿਹੜੀਆਂ ਉਹ ਖੇਡ ਮੈਦਾਨ ਵਿੱਚ ਆ ਜਾਣਗੀਆਂ। ਬੇਨਤੀ ਕਰਦੇ ਆ ਫਾਈਨਲ ਦੀਆਂ ਟੀਮਾਂ ਨੂੰ। ਉਧਰਲੇ ਪਾਸੇ ਸਾਡੇ ਬੜੇ ਪਿਆਰੇ ਵੀਰ ਨੇ, ਸਾਡੇ ਰੋਕੀ ਭਾਅ ਜੀ, ਉਹਨਾਂ ਵੱਲੋਂ ਇਹਨਾਂ ਬੋਲਾਂ ਵਾਸਤੇ ਬਹੁਤ ਵੱਡੇ ਮਾਣ ਆਏ ਹੈ। ਔਰ ਵੀਰ ਕਹਿੰਦੇ ਧੰਨਵਾਦ ਕਰ ਦਿਓ,